ਪੰਜਾਬ ਪੁਲਿਸ ਵੱਲੋਂ ਗਰਮ ਖਿਆਲੀ ਸਿੱਖ ਆਗੂ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਲੁਧਿਆਣਾ ਵਿੱਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਨੇ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸਮਰਾਲਾ ਚੌਂਕ 'ਚ ਪਹੁੰਚ ਕੇ ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ। ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ ਵੀ ਲੁਧਿਆਣੇ ਕਮਿਸ਼ਨਰੇਟ ਦੇ ਵਿੱਚ ਕੱਲ੍ਹ ਤੋਂ ਬਹੁਤ ਪੀਸਫੁਲ ਚੱਲ ਰਿਹਾ। ਆਫਿਸਰ ਸਾਡੇ ਪੈਟਰੋਲਿੰਗ ਕਰ ਰਹੇ ਹੈ, ਪੈਰਾਮਿਲਟਰੀ ਫੋਰਸਿਸ ਆਰਮਡ ਪੁਲਿਸ ਦੀਆਂ ਸਾਡੇ ਕੋਲ ਕੰਪਨੀਜ਼ ਅਤੇ ਡਿਸਟ੍ਰਿਕਟ ਦੀਆਂ ਅਸੀਂ ਲਗਭਗ 70% ਫੋਰਸ ਆ ਜਿਹੜੀ ਸਾਰੇ ਡਿਸਟ੍ਰਿਕਟ ਦੀ ਮੋਬਲਾਈਜ਼ ਕੀਤੀ ਵੀ ਹੈ। ਉਹਦੇ 'ਚ ਰੋਡ ਸ਼ੋਅ ਚੱਲ ਰਿਹਾ, ਮਾਰਚਿਸ ਚੱਲ ਰਹੇ ਆ ਫੋਰਸ ਦੇ, ਅਤੇ ਨਾਲ ਨਾਲ ਜਿੱਥੇ ਨਾਕਾਬੰਦੀ ਹੈ ਉਹ ਵੀ ਚੱਲ ਰਹੀ ਹੈ। ਅਤੇ ਇੱਥੇ ਜਿਹੜਾ ਹੁਣ ਤੱਕ ਹੈ ਜਿਹੜਾ ਪੂਰਾ ਪੀਸਫੁੱਲ ਆ ਲੁਧਿਆਣੇ। ਇੱਕ ਤੁਹਾਡੇ ਜ਼ਰੀਏ ਵੀ ਮੈਂ ਇੱਕ ਅਪੀਲ ਵੀ ਕਰਨਾ ਚਾਹੂੰਗਾ ਸਾਰੇ ਖਾਸ ਤੌਰ 'ਤੇ ਸਾਡੇ ਲੁਧਿਆਣਾ ਦੇ ਸਿਟੀਜ਼ਨ ਨੂੰ, ਕਿਉਂਕਿ ਲੁਧਿਆਣੇ ਸਾਡੀ ਪੋਸਟਿੰਗ ਹੈ ਤਾਂ ਲੁਧਿਆਣੇ ਦੇ, ਕਿ ਅਫਵਾਹਾਂ ਵੀ ਦੋ ਤਰ੍ਹਾਂ ਦੀਆਂ, ਫੋਰ ਅਤੇ ਅਗੇਂਸਟ ਦੋਨੇ ਹੀ ਕਿਸੇ ਦੇ, ਕਿਸੇ ਉਹ ਅਫਵਾਹਾਂ ਤੋਂ ਬਚੋ, ਅੱਗੇ ਫਾਰਵਰਡ ਮੈਸੇਜ ਨਾ ਕਰੋ, ਭਾਵੇਂ ਇੰਟਰਨੈਟ ਬੰਦ ਵੀ ਆ ਫਿਰ ਵੀ ਉਸ ਗੱਲ ਦਾ, ਕਿਉਂਕਿ ਬਹੁਤ ਸਾਰੇ ਲੈਵਲ 'ਤੇ ਨਿਗਾਹ ਰੱਖੀ ਜਾ ਰਹੀ ਹੈ। ਜੇ ਉਹਦੇ 'ਚੋਂ ਨੂੰ ਇੰਟਰਨੈਟ ਦੀਆਂ ਜਾਂ ਮੈਸੇਜ ਦੇ ਵਿੱਚ ਵੀ ਨਿਗਾਹ ਰੱਖੀ ਜਾ ਰਹੀ ਹੈ, ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਜਿਹੜਾ ਭਵਿੱਖ ਖਰਾਬ ਹੋਵੇ, ਪਰ ਜੇ ਸ਼ਰਾਰਤ ਕਰੋਗੇ ਤਾਂ ਫਿਰ ਉਹਨੂੰ ਅਸੀਂ ਸਖ਼ਤ ਐਕਸ਼ਨ ਲਵਾਂਗੇ। ਅਸੀਂ ਸ਼ਾਂਤੀ ਪੂਰੀ ਬਣਾ ਕੇ ਰੱਖਾਂਗੇ, ਸਾਰੀ ਫੋਰਸ ਇਸ ਕੰਮ ਲਈ ਲੱਗੀ ਹੋਈ ਹੈ। ਪਰ ਜੇ ਕੋਈ ਸ਼ਾਂਤੀ ਤੋੜਨ ਦੀ ਕੋਸ਼ਿਸ਼ ਕਰੂਗਾ, ਕਿਸੇ ਨੂੰ ਲੜਾਉਣ ਦੀ ਕੋਸ਼ਿਸ਼ ਕਰੂਗਾ, ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਕਰੂਗਾ, ਉਹਦੇ ਨਾਲ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਨਹੀਂ ਸਾਡੇ ਕੋਲ ਜੀ, ਦੇਖੋ ਐਗਜੈਕਟ ਨੰਬਰ ਤਾਂ ਨਹੀਂ ਦੱਸ ਸਕਦਾ, ਸਾਡੇ ਕੋਲ 5 ਕੰਪਨੀਜ਼ ਆਰਮਡ ਬਟਾਲੀਅਨ ਦੀਆਂ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਦੀਆਂ, ਅਤੇ ਉਸ ਤੋਂ ਇਲਾਵਾ ਸਟੇਟ ਪੁਲਿਸ ਦੀਆਂ ਵੀ ਹੈਗੀਆਂ, ਅਤੇ ਬਾਕੀ ਆਪਣੀ ਡਿਸਟ੍ਰਿਕਟ ਪੁਲਿਸ ਵੀ ਹੈਗੀ ਹੈ। ਪਰ ਬੇਸ ਉਹਦਾ ਹੁਣ ਤੱਕ ਪੀਸਫੁੱਲ ਹੈ, ਅਤੇ ਮੈਸੇਜ ਵੀ ਇਹ ਆ, ਕਿਉਂਕਿ ਮੇਰਾ ਮੰਨਣਾ ਇਹ ਆ ਵੀ ਜਿਹੜੇ ਸ਼ਰਾਰਤੀਆਂ ਨਾਲੋਂ ਚੰਗੇ ਬੰਦਿਆਂ ਦੀ ਰੇਸ਼ੋ ਬਹੁਤ ਜ਼ਿਆਦਾ ਆਪਣੇ ਸਮਾਜ ਦੇ ਵਿੱਚ, ਅਤੇ ਇਸ ਕਰਕੇ ਜਿਹੜੇ ਪੀਸ ਲਵਿੰਗ ਲੋਕ ਹੈ ਉਹ ਸਾਨੂੰ ਸਪੋਰਟ ਕਰਨਗੇ, ਕਿਉਂਕਿ ਉਹਨਾਂ ਦੀ ਸਪੋਰਟ ਬਿਨਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ, ਸਾਨੂੰ ਉਹਨਾਂ ਦੀ ਸਪੋਰਟ ਦੀ ਲੋੜ ਹੈ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।